ਸਰਕਾਰਾਂ ਤਾਂ ਲੋਕਾਂ ਨੇ ਬਹੁਤ ਦੇਖੀਆਂ ਹੋਣਗੀਆਂ, ਪਰ ਅਕਾਲੀ ਭਾਜਪਾ ਵਰਗੀ ਸਰਕਾਰ ਕਦੇ ਨਹੀਂ ਦੇਖੀ ਹੋਵੇਗੀ। ਅਕਾਲੀ ਭਾਜਪਾ ਵੱਲੋਂ ਪੰਜਾਬ ਲਈ ਕੀਤੇ ਗਏ ਕੰਮ ਇਤਿਹਾਸ ਬਣ ਗਏ ਨੇ। ਅੱਜ ਕੱਲ੍ਹ ਕੁਝ ਅਜਿਹੇ ਹੀ ਸੋਲੇ ਗਾ ਰਹੇ ਨੇ ਅਕਾਲੀ ਭਾਜਪਾ ਆਗੂ, ਅਤੇ ਇਹ ਦਾਅਵਾ ਕੀਤਾ ਗਿਆ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਵੱਲੋਂ। ਗੱਲ ਹੈ, ਜਦੋਂ ਵੀ ਕੋਈ ਰਾਜਸੀ ਪਾਰਟੀ ਚੋਣ ਲੜਦੀ ਹੈ ਤਾਂ ਅਸੀਂ ਸਾਰੇ ਵਰਕਰ ਹਾਂ। ਪਾਰਟੀ ਦਾ ਜਿਹੜਾ ਵਰਕਰ ਹੈ, ਭਾਵੇਂ ਉਹ ਕਿਸੇ ਵੀ ਪੋਜੀਸ਼ਨ 'ਚ ਕੰਮ ਕਰਦਾ, ਉਹਦੀ ਇੱਕ ਡਿਊਟੀ ਬਣਦੀ ਹੈ ਕਿ ਉਹ ਪਾਰਟੀ ਵੱਲੋਂ ਜਦੋਂ ਵੀ ਕੋਈ ਚੋਣ ਆਉਂਦੀ ਹੈ ਜਾਂ ਕੋਈ ਵੀ ਪਾਰਟੀ ਦੀ ਜ਼ਿੰਮੇਵਾਰੀ ਹੈ ਉਹਨੂੰ ਨਿਭਾਵੇ। ਇਸ ਕਰਕੇ ਅਸੀਂ ਉੱਥੇ ਜਾ ਕੇ ਵਰਕਰਾਂ ਨੂੰ ਪ੍ਰੇਰਿਤ ਕਰਨਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਜਿੰਨਾ ਕੰਮ ਪੰਜਾਬ ਸਰਕਾਰ ਨੇ ਕੀਤਾ ਇੱਕ ਇਤਿਹਾਸ ਬਣ ਗਿਆ। ਇਹ ਇਤਿਹਾਸ ਨੂੰ ਲੋਕ ਬੜੇ ਗੌਰ ਨਾਲ ਲੋਕਾਂ ਨੇ ਵੇਖਿਆ ਕਿ ਸਰਕਾਰਾਂ ਤਾਂ ਬਹੁਤ ਵੇਖੀਆਂ, ਪਰ ਜੋ ਕੁਝ ਅਕਾਲੀ ਦਲ ਅਤੇ ਭਾਜਪਾ ਸਰਕਾਰ ਨੇ ਕੀਤਾ ਕਦੇ ਸਰਕਾਰਾਂ ਸੁਪਨਾ ਵੀ ਨਹੀਂ ਲੈ ਸਕਦੇ। ਮੈਂ ਜੇ ਕਿਤੇ ਵਿਸਥਾਰ 'ਚ ਗੱਲ ਕਰਾਂ ਤਾਂ ਜੇ ਅਸੀਂ ਸਾਰਾ ਦਿਨ ਵੀ ਬੋਲੀ ਜਾਈਏ ਨਾ ਤਾਂ ਵੀ ਅਸੀਂ ਉਹਨੀਆਂ ਪੂਰੀਆਂ ਗੱਲਾਂ ਨਹੀਂ ਦੱਸ ਸਕਦੇ।